ਕਿਦਨ ਇੱਕ ਫਕੀਰ ਸਾਈਂ ਦਾ ਗਲੀ ਚ ਲੰਘਿਆ ਜਾਵੇ ਕੋਠੇ ਉੱਤੇ ਇੱਕ ਹਸੀਨਾ ਜ਼ੁਲਫਾਂ ਪਈ ਸੁਕਾਵੇ ਵੇਖ ਵੇਖ ਕੇ ਸੂਰਤ ਉਸ ਦੀ ਬਾਬਾ ਗਿਣਦਾ ਪਾਵੇ ਕੁਦਰਤ ਨੇ ਕਿਆ ਚੀਜ਼ ਬਣਾਈ ਕਾਦਰ ਦੇ ਗੁਣ ਗਾਵੇ ਉਸ ਮਗਰੂਰ ਹਸੀਨਾ ਦੇ ਦਿਲ ਖਬਰੇ ਕੀ ਕਲੀ ਆਈ ਕਨੀ ਖੜ ਜਾ ਬਾਬਾ ਸਾਧਾ ਆਪਣਾ ਖਸਮ ਬੁਲਾ ਕੇ ਲਿਆਈ ਖਸਮ ਨੇ ਆਉਂਦੇ ਸਾਰ ਫਕਰ ਦੇ ਕੱਟ ਮਾਰੀਆਂ ਲੱਤਾਂ ਕਹਿੰਦਾ ਬਾਬਾ ਉਹ ਤੂੰ ਮੇਰੀ ਤੀਵੀ ਨੂੰ ਛੇੜੇ ਭੰਨ ਦੂੰ ਤੇਰੀਆਂ ਅੱਖਾਂ ਲੱਤਾਂ ਲੁੱਤਾਂ ਖਾ ਕੇ ਬਾਬਾ ਉੱਠਿਆ ਮੌਚ ਆ ਕੇ ਫਿਰ ਆਪਣੇ ਖਸਮ ਨਾਲ ਗੱਲਾਂ ਕਰਦਾ ਉੱਪਰ ਬਿਰਤੀ ਲਾ ਕੇ ਬਾਬਾ ਕਹਿੰਦਾ ਸੁਣੋ ਖਸਮਾਂ ਸਿਰ ਮੇਰੇ ਦਿਆ ਸਾਈਆਂ ਉਹ ਤਦ ਪੌੜੇਗਾ ਜਦ ਦੁਨੀਆਂ ਨੇ ਫੱਟੀਆਂ ਪੋਚ ਵਿਖਾਈਆਂ ਤੇਰੀ ਖਾਤਰ ਤੁਸੀਂ ਇਹੀ ਮੇਰਾ ਸਾਹਮਣੇ ਆ ਕੇ ਦੇਖ ਲਓ ਸ਼ੇਰ ਮਾਰ ਕੇ ਰੱਖਦਾ ਬਾਬਾ ਜੀ ਸ਼ੇਰ ਹੀ ਮਾਰ ਕੇ ਰੱਖਦਾ ਸੋਹਣਿਆਂ ਨੂੰ ਵੇਖ ਕੇ ਤੇ ਹਰ ਕੋਈ ਖਲੋਵੇਗਾ ਸੋਹਣੇ ਜੋ ਬਣਾਉਂਦਾ ਆਪ ਕਿੰਨਾ ਸੋਹਣਾ ਹੋਵੇਗਾ ਸੋਹਣੇ ਰੰਗ ਦੀ ਸੁਣੀ ਕੁੜੀਏ ਕਰੀਏ ਨਾ ਮਗਰੂਰੀ ਜਦ ਕੋਈ ਕਹਿਤੋਂ ਲੰਘਾ ਤੇਰੀ ਰੇਤ ਮਲਾ ਜਾਏ ਚੂਰੀ ਸੱਪ ਸਾਧ ਤੋਂ ਬਚ ਕੇ ਨੀ ਅੱਗਾਂ ਨਾ ਕਦੇ ਵੜੀਏ ਹੱਥ ਜੋੜ ਕੇ ਰਾਹ ਛੱਡ ਦੇਈਏ ਲੰਘ ਜਾਣ ਤੇ ਚੱਲੀਏ ਇੱਕ ਦਿਨ ਖੁਰ ਜਾਏਗੀ ਨਿਖੰਡ ਮਿਸ਼ਰੀ ਦੀ ਕਰੀਏ ਬਾਬਾ ਕਹਿੰਦਾ ਤੂੰ ਕੀ ਜਾਣ
What do you say?